ਗੁਰਮੀਤ ਜੀ ਦਾ ਭਾਰੀ ਵਰਸੀ ਦੀ ਕਣਕ ਸਾਨੂੰ ਯੂਪੀ ਵਿੱਚ ਰਹਿ ਜਾ ਦੰਦਨ ਸਤਿਗੁਰੂ ਤੇਰੇ ਆਸਰਾ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸੋ ਅੱਜ ਦਾ ਵਲੌਗ ਹੈਗਾ ਸਾਡਾ ਪਰਮ ਪਿਤਾ ਸ਼ਾਸ ਤਨਾਮ ਸਿੰਘ ਜੀ ਮਹਾਰਾਜ ਜੀ ਦੇ ਜਨਮ ਮਾਂ ਨੂੰ ਲੈ ਕੇ ਤੇ ਜਿਹੜਾ 25 ਜਨਵਰੀ ਦਾ ਭੰਡਾਰਾ ਹੋਣੇ ਲੇਟੈਸਟ ਹਜ਼ੂਰ ਪਿਤਾ ਜੀ ਨੇ ਸਿਰਸਾ ਦਰਬਾਰ ਤੇ ਯੂਪੀ ਦਰਬਾਰ ਬਹੁਤ ਧੂਮਧਾਮ ਨਾਲ ਮਨਾਇਆ ਜਿੱਥੇ ਕਰੀਬ 2.5 ਕਰੋੜ ਲੋਕਾਂ ਨੇ ਸ਼ਿਰਕਤ ਲਈ ਤੇ ਇੱਕ ਸਪੈਸ਼ਲ ਭੰਡਾਰਾ ਹਜ਼ੂਰ ਪਿਤਾ ਜੀ ਨੇ ਪੰਜਾਬ ਦੀ ਝੋਲੀ ਦੇ ਵਿੱਚ ਦਿੱਤਾ ਤੇ ਜਿਸ ਦਾ ਅੱਜ 29 ਤਰੀਕ ਨੂੰ ਅੱਜ ਭੰਡਾਰਾ ਮੋਗਾ ਸਲਾਬਤਪੁਰਾ ਰਾਜਗੜ੍ਹ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਹੋਣ ਵਾਲੇ ਆ ਸੋ ਪ੍ਰਸ਼ਾਦ ਤਾਂ ਬਹੁਤ ਹੀ ਸਪੈਸ਼ਲ ਹੋਣ ਵਾਲਾ ਤੇ ਹਜ਼ਾਰਾਂ ਲੋਕੀ ਅੱਜ ਫਿਰ ਵੀ ਨਸ਼ਾ ਛੱਡਣ ਗੁਰੂ ਜੀ ਕੋਲ ਆਣਗੇ ਤੇ ਮੇਰੇ ਨਾਲ ਅੱਜ ਸਾਡੇ ਬਲੌਗ ਦੇ ਭੰਗੀ ਦਾਸ ਨਰੇਸ਼ ਜੀ ਚੱਲੇ ਆ ਧੰਨ ਧੰਨ ਸਤਿਗੁਰ ਤੇਰੇ ਆਸਰੇ ਤੇ ਬਹੁਤ ਖੁਸ਼ੀ ਹੈ ਸਾਨੂੰ ਕਿ ਹਜ਼ੂਰ ਪਿਤਾ ਜੀ ਨੇ ਸਾਡੀ ਝੋਲੀ ਦੇ ਵਿੱਚ 6 ਸਾਲਾਂ ਬਾਅਦ ਇਦਾਂ ਦਾ ਭੰਡਾਰਾ ਬਖਸ਼ਿਆ ਔਰ ਪਿਤਾ ਜੀ ਨੇ ਬਹੁਤ ਸਾਰੇ ਵਚਨ ਫਰਮਾਏ ਸੋ ਗਾਇਸ ਤੁਸੀਂ ਇਹ ਵੀਡੀਓ ਬਲੌਗ ਪੂਰਾ ਜ਼ਰੂਰ ਦੇਖਿਓ ਕਿਉਂਕਿ ਛੱਡਣ ਵਾਲਾ ਦੇ ਵਿੱਚ ਕੁਝ ਵੀ ਨਹੀਂ ਹੈਗਾ ਇਹ ਕੱਲ ਮੈਂ ਤੁਹਾਨੂੰ ਪਹਿਲਾਂ ਦੱਸਣ ਜਾ ਰਿਹਾ ਕਿਉਂਕਿ ਜੋ ਸਮੁੰਦਰਾਂ ਦੇ ਸਮੁੰਦਰ ਪਿਤਾ ਜੀ ਨੇ ਕਿਹਾ ਇਸ MSG ਭੰਡਾਰੇ 'ਚ ਅਸੀਂ ਤੁਹਾਨੂੰ ਸਾਰਿਆਂ ਨੂੰ ਬਖਸ਼ਣੀਆਂ ਸੋ ਅਸੀਂ ਉਸ ਖੁਸ਼ੀਆਂ ਦੇ ਵਿੱਚ ਸ਼ਿਰਕਤ ਹੋਣ ਜਾ ਰਹੇ ਮੈਂ ਤੇ ਮੇਰੇ ਨਾਲ ਭੰਗੀ ਦਾਸ ਜੀ ਤੇ ਹੁਣ ਚੱਲੀਏ ਜਿਆਦਾ ਟਾਈਮ ਨਾ ਲਈਏ ਸਾਧ ਸੰਗਤ ਦਰਸ਼ਨ ਕਰੀਏ ਤੇ ਕੀ ਉੱਥੇ ਅਜੇ ਇੰਤਜ਼ਾਮ ਹੈ ਤੁਹਾਨੂੰ ਕ੍ਰਿਸ਼ਮੇ ਵੀ ਸੁਣਾਵਾਂਗੇ ਬਹੁਤ ਮਜ਼ਾ ਆਉਣ ਵਾਲਾ ਸੋ ਆਪਾਂ ਨਿਕਲੀਏ ਹੁਣ ਸਾਧ ਸੰਗਤ ਉੱਥੇ ਬੱਸ 'ਚ ਆਪਣੀ ਵੇਟ ਕਰ ਰਹੀ ਹੈ ਸੋ ਆਪਾਂ ਹੁਣ ਘਰੋਂ ਨਿਕਲੀਏ ਜਿਵੇਂ ਆਪਾਂ ਬੱਸ 'ਚ ਆਏ ਆ ਤੇ ਨਾਲ ਹੀ ਪਿੱਛੇ ਸ਼ਬਦ ਬਾਣੀ ਚੱਲ ਰਹੀ ਹੈ ਤੁਹਾਨੂੰ ਦਿਖਾਉਂਦੇ ਸ਼ਬਦ ਬਾਣੀ तो पहला आप हम पहुंच चुके हैं रास्ते च स्टे सी साध संगत का नाम चा घर रायकोट ते साध संगत दे रुकन दा पूरा इंतजाम है चाह पानी लंगर सेवा साध संगत सारी कर रही है सो नाम चाचा घर के अंदर आते ही साढ़े लुधियाने के जिम्मेवार सानू मिले पूरी 17 बसा की साध संगत का अरेंजमेंट भाई होर ने किया भाई जी तुहाडा सब दा बहुत बहुत धन्यवाद सारी साध संगत दे सहयोग नाल सारा काम होया ਹਜ਼ੂਰ ਪਿਤਾ ਜੀ ਅੱਜ ਸਲਾਬਤਪੁਰੇ ਜ਼ੋਰ ਤੋੜ ਨਾਲ ਭੰਡਾਰਾ ਮਨਾ ਰਹੇ ਨੇ ਸ਼ਾਸਤ ਰਾਮ ਸਿੰਘ ਮਹਾਰਾਜ ਜੀ ਜਨਮ ਦਿਨ ਦੇ ਬਹੁਤ ਖੁਸ਼ੀ ਹੈ ਸਾਰੀ ਸੰਗਤ ਨੂੰ ਬਹੁਤ ਲਹਿਰ ਹੈ ਅੰਕਲ ਅੱਜ ਕਿੰਨੀ ਕੁ ਉਮੀਦ ਹੈ ਕਿੰਨੇ ਲੋਕੀ ਨਸ਼ਾ ਛੱਡਣਗੇ ਦੇ ਹਿਸਾਬ ਨਾਲ ਨਸ਼ਾ ਛੱਡਣਗੇ ਪੰਡਾਲ ਅੰਦਰ ਫੁੱਲ ਹੋ ਰਹੇ ਨੇ ਔਰ ਸਤਿਗੁਰੂ ਜੀ ਨੇ ਪੰਜਾਬ ਨੂੰ ਭੰਡਾਰਾ ਬਖਸ਼ਿਆ ਹੈ MSG ਦੇ ਰੂਪ ਵਿੱਚ ਭੰਡਾਰਾ ਬਖਸ਼ਿਆ ਹੈ ਉੱਥੇ ਸਾਧ ਸੰਗਤ ਪੂਰੀ ਜੋਸ਼ ਨਾਲ ਜਾ ਰਹੀ ਹੈ ਭੰਡਾਰਾ ਪਿਤਾ ਜੀ ਨੇ ਸਾਨੂੰ ਬਖਸ਼ਿਆ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਸਾਧ ਸੰਗਤ ਜਿਹੜੀ ਹੈ ਜਿਨ੍ਹਾਂ ਨੇ ਨਾਮ ਨਹੀਂ ਲੈ ਰੱਖਿਆ ਹੈ ਔਰ ਨਾਮ ਲੈਣਗੇ ਔਰ ਨਸ਼ਾ ਛੱਡਣਗੇ ਨਾਮ ਚ ਘਰ ਤੋਂ ਬਾਹਰ ਨਿਕਲਦੇ ਹੋਏ ਸਾਨੂੰ ਮੇਰੇ ਬਲਾਕ ਦੇ ਕੁਝ ਯੂਥ ਸੇਵਾਦਾਰ ਸਾਰੇ ਮਿਲੇ ਸੋ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਰਾਜੂ ਪ੍ਰੇਮੀ ਜੀ ਆਪਣੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਪਿਤਾ ਜੀ ਦੇ ਭੰਡਾਰੇ ਦੀ ਮੁਬਾਰਕਾਂ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕੀ ਕਹੋਗੇ ਗੁਰੂ ਜੀ ਬਾਰੇ ਤੁਸੀਂ ਅੱਜ ਯਾਰੇ ਗੁਰੂ ਜੀ ਨੇ ਫਰਮਾਇਆ ਹੈ ਕਿ ਦੁਸ਼ਮਣੀ ਕਰੋ ਖੁਦ ਕੀ ਬੁਰਾਈਆਂ ਸੇ ਔਰ ਦੋਸਤੀ ਕਰੋ ਦੂਸਰੋਂ ਕੀ ਅੱਛਾਈਆਂ ਸੇ ਕੀ ਬਾਤ ਹੈ ਸੋ ਬਹੁਤ ਵੱਡੀ ਲਾਈਨ ਹੈ ਜਿਹੜੀ ਗੁਰੂ ਜੀ ਨੇ ਕਹੀ ਹੈ ਸੋ ਮਾੜੀ ਮੋਟੀ ਗੱਲ ਨਹੀਂ ਹੈਗੀ ਸ਼ਬਦ ਬਾਣੀ ਕਰਦੇ ਕਰਦੇ ਅਸੀਂ ਪਹੁੰਚ ਚੁੱਕੇ ਹਾਂ ਦਰਬਾਰ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਭਾਰੀ ਸੰਖਿਆ ਦੇ ਵਿੱਚ ਸਾਧ ਸੰਗਤ ਨੇ ਇਕੱਠ ਅਜ ਲੱਖਾਂ ਦੇ ਹਿਸਾਬ ਸਾਧ ਸੰਗਤ ਪਹੁੰਚੀ ਹੈ ਔਰ ਤਮਾਮ ਲੋਕ ਇਹਨਾਂ ਵਿੱਚ ਨਸ਼ਾ ਛੱਡਣ ਲਈ ਆਏ ਆ ਗੁਰੂ ਜੀ ਅੱਜ ਫਿਰ ਤੋਂ ਇੱਕ ਵਾਰ ਮਨ ਦਾ ਭਲਾਈ ਦੇ ਕੰਮ ਦਿਖਾਉਣਗੇ ਤੇ ਅੱਜ ਸਸਪੈਂਸ ਬਹੁਤ ਜ਼ਿਆਦਾ ਹੈ ਕਿਉਂਕਿ ਗੁਰੂ ਜੀ ਨੇ ਅੱਜ ਲੰਗਰ ਦੇ ਨਾਲ ਦਾਲਾਂ ਤੇ ਉਸ ਤੋਂ ਬਾਅਦ ਪ੍ਰਸ਼ਾਦ ਬਹੁਤ ਅਲਟੀਮੇਟ ਪ੍ਰੋਗਰਾਮ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਘੱਟ ਟ੍ਰੈਫਿਕ ਵੀ ਲੋਕੀ ਦੋਨੋਂ ਸੜਕਾਂ ਬਲੌਕ ਹੈ ਠੀਕ ਹੈ ਨਾ ਤੁਸੀਂ ਦੇਖੋ ਤੇ ਹੁਣ ਅਸੀਂ ਪਹੁੰਚਣ ਵਾਲੇ ਖੁਦ ਅੱਧਾ ਘੰਟਾ ਹੋ ਗਿਆ ਸਾਨੂੰ ਤਕਰੀਬਨ ਜਾਮ ਦੇ ਪਾਸੇ ਪਰ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਕਿਉਂਕਿ ਇੱਕ ਪਾਸੇ ਪੂਰੇ ਸੰਗਤ ਪੈਦਲ ਚੱਲ ਰਹੀ ਹੈ ਤੇ ਇੱਕ ਪਾਸੇ ਗੱਡੀਆਂ ਦੀ ਲਗਾਤਾਰ ਕਤਾਰ ਹੈ ਸਾਡੀ ਸਾਧ ਸੰਗਤ ਸਾਰੀ ਉਤਰਨ ਤੋਂ ਬੈਠੀ ਹੈ ਉਹ ਸਾਡੇ ਸਾਰੇ ਬਲਾਕ ਦੀ ਸਾਧ ਸੰਗਤ ਆ ਚੁੱਕੀ ਹੈ ਤੇ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਜੀ ਦਾ 2023 ਨੂੰ ਪਿਤਾ ਜੀ ਨੇ 29 ਜਨਵਰੀ ਨੂੰ ਪੰਜਾਬ ਲਈ ਸਪੈਸ਼ਲ ਭੰਡਾਰਾ ਦਿੱਤਾ ਤੇ ਵਚਨ ਫਰਮਾਏ ਕਿ ਸਮੁੰਦਰਾਂ ਦੇ ਸਮੁੰਦਰ ਖੁਸ਼ੀਆਂ ਦੇ ਲਟੋਲੇ ਹੋ ਤੇ ਸਾਧ ਸੰਗਤ ਦਾ ਬਹੁਤ ਭਾਰੀ ਕੱਢ ਤੁਸੀਂ ਪਿੱਛੇ ਦੇਖ ਸਕਦੇ ਹੋ ਬੱਚਾ ਬੂੜਾ ਜਵਾਨ ਹਰ ਕਿਸੇ ਨੂੰ ਸਤਿਗੁਰ ਦੇ ਪਿਆਰ ਨੇ ਹਮਲਾ ਕੀਤਾ ਹੋਇਆ ਤਾਂ ਬਾਈ ਕਿੰਨਾ ਚਾਹ ਅੱਜ ਭੰਡਾਰੇ ਬਾਈ ਜੀ ਮੈਂ ਨਹੀਂ ਕਰ ਸਕਦੇ ਇੰਨਾ ਚਾਹ ਸਾਨੂੰ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲੰਦੇ ਕੇਲੇ ਧਰਤੀ ਪਟਦਾਂਗੇ ਸਾ ਸੰਗਤਾਂ ਦੇ ਕੇਲੇ ਅੱਧਾ ਕੀ ਪਟਦਾਂਗੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਸਾਨੂੰ ਯੂਪੀ ਵਿੱਚ ਰਹਿ ਜਾ ਸਾਡੀ ਸੋ ਦਰ
दरबार वाल जाते जाते हुए रास्ते दे विच आउंदी है शाही कंटीन। सो थानू दिखाने शाही कंटीन इत्थों दी बहुत वड्डी कंटीन। कोई ब्याह शादी दे प्रोग्राम हुंदे आ उहदा प्रोग्राम पूरा इत्थे रख्या जांदा। खूबसूरत डिजाइनिंग नाल जिहड़ी शाही कंटीन है बनाई गई है। अलग अलग तरह दी मिठाइयां भी पेश कीतियां हुई हैं। साध संगत दे रुकण दा पूरा इंतजाम है इत्थे। बहुत ही घट रेट के विच इत्थे मिठाइयां साध संगत नूं प्रोवाइड कराई जांदियां ताकि हर बंदा लै सके। हुण आपां मेन गेट वल चलीए। सो फाइनली असीं पहुंच चुके हैं दरबार के गेट के बाहर। जी आया नूं समूह साध संगत ब्लाक राजगढ़ सलाबतपुरा। सो आपां अंदर चलीए आजो। सो हले मैं दरबार वल जा ही रहा कि तुसीं देख सकते हो डेरे का प्रबंध और लेडीज ते जेंट्स दोनों वक् वक् भागों के वंडिया होया क्योंकि भैणों का गेट पिछले पासे है भाइयों का साइड फ्रंट वाले पासे है। इस चीज़ को सब तो पहला पहल के आधार से देखा जाता है कि मर्यादा पूरी कायम है दरबार की। तुम देख सकते हो कि इन हजारों लोग यही अज नशा छड़न आए हैं। सो हले मैं अंदर आ ही रहा मेरे उपर देख सकते हो कि पैराग्लाइडिंग के नाल फुलों की वर्खा हो रही है। पैराग्लाइडिंग के उपरले पासे लिखे बहुत वड्डे अक्षरों के एम एस जी मस्ताना जी शस्तनाम जी ते गुरमीत जी का नाम लिखा है। फूलों की वर्खा उस तो कंटिन्यू की जा रही है। सो सब तो पहला असं पहुंचे हाँ लंगर घर के। सो बहुत भारी इंतजाम साध संगत ने किया हो। इधर बाई जी और खड़े इन्होंने पूछते हैं बाई जी हजूर पिता जी ने किस चीज़ का दाला बनवा रहे हैं? अज बाई जी मलाई कोफ्ता दे रहे हैं। क्या बात। सो अज हजूर पिता जी समुद्र के समुद्र खुशियां सब तो व्डा था मलाई कोफ्ते का जो दाला बाई जूम करके दिखाओ बड़ा। सो ट्रालिया ने ट्राली साध संगत जी लिए पनीर कोफ्ते का इंतजाम सेवादारा ने दसिया की होया। भाई जी किन्नी कि साध संगत लिए लंगर बन रहे? गिनती तो पर गिनती नहीं कर सकते कुछ आइडिया मोटा मोटा कुछ लखा दे विच है। गिनती भी लखा दे विच है खुशियां भी लखा दे विच है। सो ट्रालिया तो चलते चलते आप हम लंगर घर को जा रहे हैं जिथे इन्हों दिखा रहे कि पनीर के जो पकौड़े है वो किस तरह बनाए जा रहे हैं साध संगत वालों। सेवादार लगातार सेवादार कर रहे सेवा दिखाओ माड़ा जा साध संगत लिए मतलब एडे एडे वे पतीले भी छोटे पै गए ऐदा के घटो घट 70-80 पतीलिया के साध संगत के लिए पनीर के पकौड़े बन रहे हैं। सेवादार कह रहे कि जोड़े 70-80 पतीले लगाए रहे वो सारे पतीले घट पै गए कि इन्ने लखा दे तादाद के साध संगत लिए हजूर पिता ने लंगर तैयार करवाया। तो कुछ होर भी कुछ बन रहे नाल अज लंगर के नाल अचंभित हो गया कि 300 ग्राम का एक लड्डू देसी घ्यो दा। लखा दी तादाद बाई जी वालों दसाया जा रहा है कि साध संगत दे लई गुरु जी प्रसाद ते समुंदरा दे समुंदरा जिहड़े खुशियां दे लटोणे ने। ते हुण आपां तीसरी जगह चलदे आ देखदे आ अगला कितना काम इत्थे चल रहा होर थोड़ा दा। सो चलते चलते असी पंडाल वाल पहुँच गए। असी देख रहे हैं कि शब्दवाणी चल रही है उधर शैड के नीचे जो दसया जा रहा है कि नशा छड़न वाले की गिनती है जी तकरीबन 1.25 लाख के करीब साध संगत जी नशा छड़न आई है। उन्होंने अज प्रण लेना कि असी अज तो बाद नशे नहीं करांगे तो जी बुराइयां छड़न का प्रण लैणगे। सो हुण आपां साध संगत दे विच बैठते हैं सत्संग सुनते हैं। जो आज कहते ना भाई जी तेनू परम पिता जी के जन्म महीने की बधाई हो बस रंग चढ़ जाता नाल दिन वो कहना यारा तेनू भी बधाई हो भैने तेनू भी बधाई हो माता तेनू भी बधाई हो बेटिया आप जी की और भाई आप जी की जो दिते ना नारा ला के बधाई तो फिर खिल जाते चेहरे उ असं जिक्र करें नहीं मैं जी जी करके खिला पहला जी कहते और फिर उन्होंने भी बधाई देते। सो उस सतगुर मौला का देन नहीं दिता जा सकता। भगतों नशा करना है तो वाहिगुरु के नाम का करो। एक बार चढ़ गया दोनों जहाना च नहीं उतरना तो चेहरे से नूर आएगा सुरूर आएगा अज नहीं तो कल जरूर आएगा।
ਗੁਰੂ ਜੀ ਜਿਹੜੇ ਦੁਨੀਆਂ ਨੂੰ ਰੰਗ ਚੜਾਈ ਜਾਂਦੇ ਰੱਬ ਦੇ ਨਾਂ ਦਾ ਵਾਹਿਗੁਰੂ ਅੱਲਾ ਰਾਮ ਗੋਡ ਦੇ ਨਾਂ ਦਾ ਔਰ ਨਸ਼ਾ ਛੁੜਾਈ ਜਾਂਦੇ ਹੈ ਭਗਤੋ ਤੁਹਾਨੂੰ ਤਾਂ ਪਰਮਾਤਮਾ ਸੋਚਣ ਨਾ ਦੇ ਉਹ ਤੋਂ ਪਹਿਲਾਂ ਤੋਂ ਹੋਰ ਚੀਜ਼ ਦੇ ਦੇਵੇ ਜੋ ਤੁਹਾਡੇ ਲਈ ਜ਼ਰੂਰੀ ਹੈ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਉਹਨੂੰ ਹਰੀ ਅੱਲਾ ਵਾਹਿਗੁਰੂ ਸੋ ਸਾਡਾ ਮਕਸਦ ਸਭ ਨੂੰ ਖੁਸ਼ ਕਰਨਾ ਹੈ ਸਾਡਾ ਮਕਸਦ ਸਮਾਜ ਨੂੰ ਉਸ ਪੰਡਮ ਪਿਤਾ ਪਰਮਾਤਮਾ ਨਾਲ ਜੋੜਨਾ ਹੈ ਸਾਡਾ ਮਕਸਦ ਸਮਾਜ 'ਚ ਚੱਲ ਰਹੀਆਂ ਬੁਰਾਈਆਂ ਦਾ ਖਾਤਮਾ ਹੋ ਜਾਵੇ ਸਤਿਗੁਰ ਅੱਗੇ ਦੁਆਵਾਂ ਕਰਕੇ ਇਹ ਸੇਵਾਵਾਂ 'ਚ ਲਾਉਣੀਆਂ ਹੈ ਦਿਨ ਰਾਤ ਇਸੇ 'ਤੇ ਲੱਗੇ ਹੋਏ ਹਾਂ ਔਰ ਲੱਗੇ ਰਹਾਂਗੇ ਪਗੜੀਆਂ ਲਾਲੀਆਂ ਮਾਲਕ ਦੇ ਪਿਆਰ ਨਾਲ ਹੀ ਆਉਂਦੀਆਂ ਇੰਨਾ ਸੋਹਣਾ ਤੁਸੀਂ ਸੁਣਾਇਆ ਹੈ ਬਹੁਤ ਅਸ਼ੀਰਵਾਦ ਜਦੋਂ ਤੋਂ ਅਸੀਂ ਸਰਪੰਚ ਬਣੇ ਆ ਜਦ ਪੰਚਾਇਤ ਚੁਣੀ ਗਈ ਹੈ ਸਭ ਤੋਂ ਪਹਿਲਾਂ ਇਹ ਅਸੀਂ ਮਤਾ ਪਾਇਆ ਸੀ ਔਰ ਅਨਾਊਂਸਮੈਂਟ ਕਰਾਈ ਸੀ ਕਿ ਅਸੀਂ ਨਸ਼ੇ ਵਾਲਾ ਦੇ ਹੱਕ ਵਿੱਚ ਕਦੇ ਨਹੀਂ ਜਾਵਾਂਗੇ ਔਰ ਗਏ ਵੀ ਨਹੀਂ ਵਿਰੋਧ ਸਾਨੂੰ ਝੱਲਣਾ ਪੈ ਗਿਆ ਪਰ ਅਸੀਂ ਗਏ ਨਹੀਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਅੱਗੇ ਵੀ ਵਿਸ਼ਵਾਸ ਦਵਾਉਂਦਾ ਕਿ ਜਿੱਥੇ ਵੀ ਸੰਗਤ ਨੂੰ ਲੋੜ ਪਊਗੀ ਸਾਡੀ ਨਸ਼ਿਆਂ ਦੇ ਖਿਲਾਫ ਜਾਂ ਸਫਾਈ ਮੁਹਿੰਮ ਦੇ ਖਿਲਾਫ ਅਸੀਂ ਸਦਾ ਇਹਨਾਂ ਦੇ ਨਾਲ ਖੜਾਂਗੇ ਔਰ ਅੰਤ ਵਿੱਚ ਮੈਂ ਇੱਕ ਮੰਗ ਵੀ ਕਰਦਾ ਕਿ ਸਰਕਾਰਾਂ ਤੋਂ ਸਾਨੂੰ ਹੁਣ ਕੋਈ ਉਮੀਦ ਨਹੀਂ ਹੈ ਇਹ ਨਸ਼ਾ ਇੱਕ ਰੋਗ ਬਣ ਚੁੱਕਿਆ ਪੰਜਾਬ ਦੇ ਲਈ ਤਿੰਨ ਸਰਕਾਰਾਂ ਅਸੀਂ ਦੇਖ ਲਈਆਂ ਨੇ ਤੀਜੀ ਸਰਕਾਰ ਨੂੰ ਵੀ ਇੱਕ ਸਾਲ ਹੋ ਗਿਆ ਜਿਹੜੀ ਬਦਲਾਅ ਦੇ ਨਾਂ ਤੇ ਬਣੀ ਸੀ ਪਰ ਨਸ਼ਾ ਅੱਜ ਵੀ ਨਹੀਂ ਰੁਕਿਆ ਕੱਲੀ ਕੱਲੀ ਸਾਧ ਸੰਗਤ ਦੇ ਹੱਥ ਪੰਜੀਰੀ ਦੇ ਲੱਡੂ ਜੋ ਪ੍ਰਸ਼ਾਦ ਹਜ਼ੂਰ ਪਿਤਾ ਜੀ ਵੱਲੋਂ ਦਿੱਤਾ ਜਾ ਰਿਹਾ ਜਿਵੇਂ ਹੀ ਸਤਸੰਗ ਸਮਾਪਤ ਹੋਇਆ ਸੀ ਚਲਦੇ ਚਲਦੇ ਕਟੀਨਾ ਵੱਲ ਪਹੁੰਚੇ ਤਾਂ ਦੇਖਿਆ ਕਿ ਅਨੇਕਾਂ ਤਰ੍ਹਾਂ ਦੀ ਸਬਜ਼ੀਆਂ ਦੇ ਸਟਾਲ ਲੱਗੇ ਹੋਏ ਆ ਅਤੇ ਇਹ ਜਿਹੜੀ ਸਬਜ਼ੀਆਂ ਨੇ ਇੱਥੇ ਬਿਨਾਂ ਰੇਹ ਸਪਰੇਅ ਤੋਂ ਔਰਗੈਨਿਕ ਸਬਜ਼ੀਆਂ ਹੁੰਦੀਆਂ ਨੇ ਅਤੇ ਸਾਧ ਸੰਗਤ ਇਹਨਾਂ ਨੂੰ ਖਾ ਕੇ ਹਮੇਸ਼ਾ ਹੀ ਤੰਦਰੁਸਤ ਰਹਿੰਦੀ ਹੈ ਤਾਂ ਤੁਸੀਂ ਸਾਰੇ ਵੀ ਇਹ ਸਬਜ਼ੀਆਂ ਇੱਥੋਂ ਜ਼ਰੂਰ ਦੇਖੋ ਪ੍ਰਸ਼ਾਦ ਲੈ ਕੇ ਜਾਇਆ ਕਰੋ ਸਬਜ਼ੀ ਲੰਗਰ ਤੋਂ ਬਾਅਦ ਅਸੀਂ ਚੱਲਦੇ ਚੱਲਦੇ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ MSG ਭੰਡਾਰਾ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਹੋਈ ਹੈ ਬੈਕ ਸਾਈਡ ਦੇ ਪਰਮ ਪਿਤਾ ਜੀ ਦੇ ਮਸਤਾਨਾ ਜੀ ਦਾ ਸਰੂਪ ਲੱਗਾ ਹੋਇਆ ਹਜ਼ੂਰ ਪਿਤਾ ਜੀ ਨੇ ਅੱਜ ਬਹੁਤ ਸਾਰੇ ਗਰੀਬਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ 145 ਮਨ ਦਾ ਭਲਾਈ ਦੇ ਜਿਹੜੇ ਕੰਮ ਚੱਲ ਰਹੇ ਆ ਉਹਦੇ ਲਈ ਸਾਧ ਸੰਗਤ ਨੇ ਇੱਕ ਵਾਰ ਫਿਰ ਤੋਂ ਸ਼ਪਥ ਗ੍ਰਹਿਣ ਕੀਤੀ ਅਤੇ ਅਨੇਕਾਂ ਲੋਕਾਂ ਨੇ ਅੱਜ 1.25 ਲੱਖ ਦੇ ਕਰੀਬ ਲੋਕਾਂ ਨੇ ਨਸ਼ਾ ਛੱਡਿਆ ਨਸ਼ੇ ਨਹੀਂ ਕਰਾਂਗੇ ਬੁਰਾਈਆਂ ਨਹੀਂ ਕਰਾਂਗੇ ਇੱਕੋ ਇੱਕ ਗ੍ਰਾਮ ਪੰਚਾਇਤਾਂ ਸਰਪੰਚ ਸਾਰਿਆਂ ਨੇ ਸ਼ੁਕਰ ਕੀਤਾ ਕਿ ਅਤੇ ਇਹੀ ਕਿਹਾ ਕਿ ਅਸੀਂ ਗੁਰੂ ਜੀ ਨਾਲ ਪਿਆਰ ਹਾਂ ਕਿ ਗੁਰੂ ਜੀ ਜੋ ਮੁਹਿੰਮ ਚਲਾ ਰਹੇ ਨਸ਼ਾ ਛਡਾਉਣ ਦੀ ਅਸੀਂ ਸਾਰੇ ਕੰਮ ਬੰਦਾ ਲਾ ਕੇ ਮਿਲ ਕੇ ਚੱਲਣ ਨੂੰ ਪਿਆਰ ਹਾਂ ਗੁਰੂ ਜੀ ਅਸੀਂ ਇਸ ਸਹਿਯੋਗ ਦੇ ਤੁਹਾਡੇ ਨਾਲ ਹਾਂ ਅਤੇ ਤੁਸੀਂ ਦੇਖਿਆ ਐਦਾਂ ਭੰਡਾਰਾ ਹਜ਼ੂਰ ਪਿਤਾ ਜੀ ਨੇ ਅਨੇਕਾਂ ਸਮੁੰਦਰਾਂ ਦੇ ਸਮੁੰਦਰ ਖੁਸ਼ੀਆਂ ਦੇ ਵਰਤਾਏ ਸੋ ਮੈਂ ਤੁਹਾਡੀ ਜਾਣਕਾਰੀ ਦੱਸਣਾ ਚਾਹੁੰਦਾ 29 ਜਨਵਰੀ 2006 ਨੂੰ ਵੀ ਹਜ਼ੂਰ ਪਿਤਾ ਜੀ ਨੇ ਇੱਥੋਂ ਸਤਸੰਗ ਕਰਵਾਇਆ ਸੀ ਸੋ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੀ ਝੋਲੀ ਦੇ ਵਿੱਚ 29 ਜਨਵਰੀ 2023 ਨੂੰ ਹਜ਼ੂਰ ਪਿਤਾ ਜੀ ਨੇ ਅੱਜ ਫਿਰ ਸਾਡੀ ਸਾਧ ਸੰਗਤ ਨੂੰ ਆਪਣੇ ਦਰਸ਼ਨ ਨਾਲ ਨਿਹਾਲ ਕੀਤਾ ਕਮੈਂਟਾਂ 'ਚ ਦੱਸਿਓ ਤੁਹਾਨੂੰ ਕਿਹੜਾ ਪਾਠ ਸਭ ਤੋਂ ਵਧੀਆ ਲੱਗਿਆ ਅਤੇ ਨਾਰਾ ਵੀ ਲਿਖਿਓ ਦਾਨ ਦਾਨ ਸਤਿਗੁਰੂ ਤੇਰੇ ਆਸਰਾ ਤੋ ਗਾਇਸ ਜਲਦੀ ਮਿਲਦੇ ਹਾਂ ਇੱਕ ਹੋਰ ਨਿਊ ਵਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਾਨ ਦਾਨ ਸਤਿਗੁਰੂ ਤੇਰੇ ਆਸਰਾ